ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਮੈਂ ਹਰਕੀਤ ਕੌਰ, ਆਪਣੇ ਚੈਨਲ 'ਤੇ ਸਵਾਗਤ ਹੈ। ਅਸੀਂ ਸਾਰੇ ਠੀਕ ਠਾਕ ਹਾਂ ਜੀ, ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ। ਜਿਹੜਾ ਟਾਈਮ ਹੈਗਾ ਜੀ, ਹੁਣ ਵੱਜ ਗਏ ਨੇ 6:30 ਮੋਰਨਿੰਗ ਦੇ, ਅਤੇ ਬਾਬਾ ਜੀ ਗੁਰਦੁਆਰੇ ਹੁਕਮਨਾਮਾ ਲੈ ਰਹੇ ਨੇ ਅਤੇ ਭੋਗ ਪਾਇਆ ਗਾ, ਅਤੇ ਮੋਰਨਿੰਗ ਦਾ ਟਾਈਮ ਹੈ ਜੀ। ਆਪਾਂ ਨੇ ਕੰਮ ਕਰ ਲਏ, ਸਰਦਾਰ ਜੀ ਉਹ ਆਉਂਦੇ ਨੇ ਆਪਦੀ ਮੱਝ ਦੀ ਧਾਰ 'ਚੋਂ ਹੀ। ਮੈਂ ਪਹਿਲਾਂ ਚੋ ਲਈ ਆਪਦੀਆਂ ਦੀਆਂ, ਇਹ ਥੋੜ੍ਹਾ ਜਿਹਾ ਆਪਦਾ ਲੇਟ ਉੱਠ ਕੇ ਲੇਟ ਚੋਂਦੇ ਨੇ, ਮੈਂ ਆਪਦਾ ਨੇਰੇ ਨੇਰੇ ਚੋ ਲੈਣੀ ਆ। ਅਤੇ ਮੈਂ ਕੱਚਾ ਵਿਹੜਾ ਸੰਭਰਿਆ ਹੀ, ਬਾਰ ਬੂਰ ਸਾਫ਼ ਕਰਿਆ ਹੀ, ਅਤੇ ਬਹੁਤ ਸਾਰੇ ਕੰਮ ਨੇ ਜਿਹੜੇ ਉਹ ਕਰ ਲਏ ਨੇ। ਹੁਣ ਸੁਖਮਨ ਹੋਰਾਂ ਨੇ ਕਰਦੀਆਂ ਜੀ ਮੈਂ ਗੁੱਤਾਂ, ਅਤੇ ਉਹ ਨਹਾ ਆਈ ਹਾਂ ਅਤੇ ਉਹਨਾਂ ਦੇ ਸਿਰ ਵਾਹੁਣੀਆਂ। ਅਤੇ ਇੱਕ ਭੈਣ ਨੇ ਜੀ ਕਮੈਂਟ ਕੀਤਾ ਸੀਗਾ, ਉਹਨਾਂ ਦੇ ਦੋਹਤੇ ਦਾ ਜਨਮ ਦਿਨ ਹੈਗਾ, ਅਰਸ਼ਜੋਤ ਸਿੰਘ। ਵਾਹਿਗੁਰੂ ਤਰੱਕੀਆਂ ਬਖਸ਼ੇ, ਬੱਚੇ ਦੀ ਵੱਡੀ ਉਮਰ ਕਰੇ, ਹੈ ਨਾ। ਲਓ ਜੀ, ਬੋਲ ਦਿੱਤਾ ਤੁਹਾਡੇ ਦੋਹਤੇ ਦਾ ਨਾਂ ਅਰਸ਼ਜੋਤ ਸਿੰਘ। ਅਤੇ ਨਾ ਮੈਂ ਕੱਲ੍ਹ ਵਾਲੀ ਵੀਡੀਓ 'ਚ ਮੈਂ ਭੁੱਲ ਗਈ, ਅਤੇ ਨਾ ਬੋਲਣ ਨੂੰ ਮੈਨੂੰ ਕੋਈ ਭਾਰ ਨਹੀਂ ਲੱਗਦਾ, ਮੈਂ ਭੁੱਲ ਜਾਂਦੀ ਹੈਗੀ, ਹੈ ਨਾ। ਅਤੇ ਹੁਣ ਮੇਰੇ ਬੈਠੀ ਬੈਠੀ ਦੇ ਯਾਦ ਆ ਗਿਆ, ਅਤੇ ਮੈਂ ਕਿਹਾ ਚਲੋ ਉਹਨੇ ਮੈਂ ਸਵਾਗਤ ਕਰ ਲੈਣੀ ਆ ਵੀਡੀਓ ਦਾ, ਅਤੇ ਨਾ ਮੈਂ ਬੱਚੇ ਦਾ ਨਾਮ ਬੋਲ ਦਿੰਦੀ ਹਾਂ। ਅਤੇ ਧੰਨਵਾਦ ਜੀ, ਵੀਡੀਓ ਦੇਖਦੇ ਹੋ ਬਹੁਤ ਸਾਰਾ ਸਾਰਿਆਂ ਦਾ। ਅਤੇ ਦੇਖੋ ਅੱਡੋ ਅੱਡ ਕੰਮ ਹੋ ਰਹੇ ਨੇਗੇ ਅਤੇ ਕਰ ਰਹੇ ਨੇਗੇ, ਅਤੇ ਚਾਹ ਪਾਣੀ ਪੀ ਲਿਆ, ਬਾਬਾ ਜੀ ਹੁਕਮਨਾਮਾ ਲੈ ਰਹੇ ਨੇ ਗੁਰਦੁਆਰੇ। ਵਾਹਿਗੁਰੂ ਤੰਦਰੁਸਤੀ ਰੱਖੀ ਮਾਲਕਾ, ਬਰਕਤਾਂ ਬਖਸ਼ੀ ਸਾਰੇ ਕਿਤੇ। ਚਲੋ ਜੀ, ਆਪਾਂ ਬਾਅਦ 'ਚ ਮਿਲਦੇ ਹਾਂਗੇ। ਅਤੇ ਮਹਾਰਾਜ ਹੁਕਮਨਾਮਾ ਲਏ ਨੇ ਬਾਬਾ ਜੀ, ਅਤੇ ਫਿਰ ਆਪਾਂ ਗੱਲ ਕਰਦੇ ਹਾਂਗੇ, ਮਿਲਦੇ ਹਾਂ। ਦੇਖਦੇ ਹਾਂ ਦਿਨ ਭਰ, ਆਪਣਾ ਦਿਨ ਕਹੇ ਜਿਹਾ ਲੰਘਦਾ, ਜਿਵੇਂ ਆਪਣੀ ਸੁੱਖ ਸਾਨ ਨਾਲ ਰਾਤ ਲੰਘ ਗਈ, ਦਿਨ ਵੀ ਉਵੇਂ ਲੰਘੇ। ਵਾਹਿਗੁਰੂ ਕਿਰਪਾ ਕਰੇ। ਲਓ ਜੀ, ਆਪਾਂ ਨੇ ਕੰਮ ਧੰਦਾ ਸਾਰਾ ਨਿਬੇੜ ਲਿਆ, ਸਾਫ਼ ਸਫਾਈ ਤੋਂ ਕੱਪੜੇ ਲਾ, ਧੋਣ ਤੋਂ ਮੱਝਾਂ ਦਾ ਸਾਰਾ ਨਿਬੇੜ ਲਿਆ, ਇੱਧਰੋਂ ਸਾਫ਼ ਸਫਾਈਆਂ ਵੀ ਕਰ ਲਈਆਂ ਨੇ, ਪੋਚੇ ਪੁੱਚੇ ਲਾ ਲਏ, ਮਿਹਾਈ ਮਸਾਲਾ ਲੈਂਦੀ ਹੈ। ਅੱਜ ਬਣੂਗਾ ਘੀਆ ਕਾਦੂ, ਸਾਰੀ ਅੰਦਰੋਂ ਸਫਾਈ ਹੋਈ ਪਈ ਹੈ। ਇੱਧਰ ਹੁਣ ਵਿਹਲੀ ਹੋ ਕੇ ਮਲਾਈ ਰਿੜਕੀ ਹੈ, ਨਹਾ ਧੋ ਕੇ ਮਲਾਈ ਰਿੜਕੀ ਹੈ, ਮਲਾਈ ਦਾ ਘੋ ਮਾਰ ਰਿਹਾ। ਬਸ ਹੁਣ ਘਰਿਆ ਹਜੇ 2 ਮਿੰਟ ਹੀ ਹੋਏ, ਲੱਗਣਗੇ 5-7 ਮਿੰਟ। ਅਤੇ ਮੈਂ ਵੀਡੀਓ ਦੇਖਦੀ ਸੀ, ਮਨਵੀਰ ਦੀ ਵੀਡੀਓ ਆ ਗਈ, ਦੇਖਦੀ ਸੀ, ਨੋਟੀਫਿਕੇਸ਼ਨ ਆਇਆ ਪਿਆ ਸੀ, ਕਾਹਦੀ ਪਾਈ ਹੈ ਕਿਸ ਤਰ੍ਹਾਂ ਜਾਨਵਰਾਂ ਦੀ ਦੇਖਭਾਲ ਕਰੀ ਜਾਂਦੀ ਹੈ। ਚਲੋ ਜੀ, ਆਪਣਾ ਘਿਓ ਬਣਦਾ ਗਾ, ਕੰਮ ਆਪਾਂ ਨੇ ਕਰ ਲਏ। ਜਿਹੜਾ ਟਾਈਮ ਹੈ 11:30 ਹੋ ਗਏ, 11:30 ਹੋ ਗਏ ਨੇ ਹੁਣ ਕੰਮ, 11:30 ਹੋ ਗਏ ਨੇ ਹਜੇ ਕੰਮ ਮੇਰੇ ਨਿਬੜੇ ਨਹੀਂ। ਘਿਓ ਬਣਦਾ ਗਾ, ਘਿਓ ਬਣਗਾ, ਆ ਕੇ ਘਿਓ ਵਾਲੇ ਭਾਂਡੇ ਮਾਂਝ ਕੇ ਫਿਰ ਕੰਮ ਨਿਬੜੂ, ਘਿਓ ਪੁਣ ਪੁਣ ਕੇ, ਹੈ ਨਾ, ਭਾਂਡੇ 'ਚ। ਚਲੋ ਫਿਰ ਮੈਂ ਸੱਜਰ ਦਾ ਦੁੱਧ ਰੱਖਣ ਲੱਗ ਗਈ ਹੁਣ, ਚੱਲ ਪਿਆ ਹੈ ਨਾ ਧੋਕੜ, ਕੁਛ ਬਿਮਾਰ ਹੋ ਕੇ ਹਟੀ ਹੈਗੀ, ਅਤੇ ਮਲਾਈ ਕਈ ਦਿਨਾਂ ਤੋਂ ਹੁੰਦੀ ਹੈਗੀ, ਹੁਣ 10 ਦਿਨ ਲੱਗ ਜਾਂਦੇ ਨੇ। ਅੱਗੇ ਤਾਂ ਧੋਕੜ ਮੈਂ ਤਾਂ 4-5 ਦਿਨ ਘਿਓ ਬਣ ਜਾਣਾ ਹੁੰਦਾ ਸੀਗਾ, ਕਿਉਂ ਭਾਂਡਾ ਭਰ ਜਾਣਾ ਹੁੰਦਾ ਸੀ ਮਲਾਈ ਦਾ, ਹੁਣ ਤਾਂ 10-12 ਦਿਨਾਂ ਤੋਂ ਭਰਿਆ ਹੈਗਾ।
ਤੇ ਸੱਜਰ ਤੋਕੜ ਮੱਝ ਹੈ ਜਿਹੜੀ ਉਹ ਆਪਣੀ ਬਿਮਾਰ ਹੋਈ ਪਈ ਹੈ, ਉਹ ਤਾਂ ਦੁੱਧ ਜਮੀ ਸੁੱਕ ਗਈ, ਕਈ ਦਿਨ ਤਾਂ ਜਮੀ ਨਹੀਂ ਦਿੱਤਾ, ਹੁਣ ਗਲਾਸ ਗਲਾਸ ਕੁ ਦੇਣ ਲੱਗੀ ਹੈ, ਜੇ ਚੜੂਗੀ ਦਵਾਈਆਂ ਦਵੂਈਆਂ ਲਿਆ ਕੇ ਬੋਤਲਾਂ ਬੋਤਲਾਂ ਪਿਆਉਣਿਆਂਗੇ ਉਹਨੂੰ, ਚੜ ਜੇ ਚੰਗੀ ਗੱਲ ਹੀ ਹੈ ਦੁੱਧ। ਅਤੇ ਮੈਂ ਘਿਓ ਬਣਾ ਲੈਣੀ, ਘਿਓ ਬਣਾ ਕੇ ਕਰਦਿਆਂ ਜੀ ਆਪਣੇ ਬਹੁਤ ਸਾਰੇ ਕੰਮ ਪਏ ਨੇ ਕਰਨ ਵਾਲੇ, ਪਹਿਲਾਂ ਤਾਂ ਹੁਣ ਆਪਾਂ ਦਮ ਲਵਾਂਗੇ, ਘਿਓ ਬਣਾ ਕੇ ਰੈਸਟ ਕਰੂੰ ਘੰਟਾ, ਫਿਰ ਆਪਾਂ ਕਰਾਂਗੇ ਜੀ ਕੰਮ, ਕਈ ਕਰਨ ਵਾਲੇ ਪਏ ਨੇ। ਹਜੇ ਇੱਕ ਦਿਨ ਮੈਂ ਮੰਜਿਆਂ ਨੇ ਕੱਪੜੇ ਧੋ ਕੇ ਉਹਦੇ ਵਧੀਆ ਪਰਾਲਾ ਜਾਇਆ ਸੀ, ਲਾ ਲਏ ਸੀ, ਹੁਣ ਤਾਂ ਪਤਾ ਨਹੀਂ ਕੀ ਗੱਲ, 11:30 ਹੋ ਗਏ, 11:40 ਹੋ ਗਏ ਹੁਣ ਟਾਈਮ, 12 ਵਜੇ ਨੂੰ ਮੇਰਾ ਘਿਓ ਸਮਝੋ ਪੁਣਿਆ ਜਾਓ, ਫਿਰ ਘੰਟਾ ਦਮ ਲੈ ਕੇ 1:30 ਵਜੇ ਚਾਹ ਬਣਾ ਕੇ ਪੀ ਕੇ ਫਿਰ ਕੰਮ ਲੱਗਾਂਗੇ। ਅੱਜ ਹਜੇ ਸਰਦਾਰ ਜੀ ਸਪਰੇਅ ਕਰਨ ਨੂੰ ਕਹਿੰਦੇ, ਪਹਿਲਾਂ ਕੰਮ ਮੀਂਹ ਨੇ ਖੜਾ ਤਾ, ਅਤੇ ਜੇ ਹੁਣ ਸਪਰੇਅ ਕਰਨਗੇ ਉਹਨਾਂ ਨੂੰ ਚਾਹ ਚੂਹ ਕਰ ਦੂੰਗੀ, ਅਤੇ ਫਿਰ ਕਰਾਂਗੇ ਆਪਾਂ ਕੰਮ। ਚੱਲਦੀ ਰਹਿੰਦੇ ਨੇ ਜੀ, ਹੈ ਨਾ, ਸਾਰਾ ਦਿਨ ਨਹੀਂ ਮੁੱਕਦੇ ਹੈਗੇ ਭੈਣਾਂ ਦੇ, ਤਾਂ ਇੱਕ ਦਿਨ ਵਾਲੇ ਛੋਟੇ ਹੋ ਗਏ, ਪਤਾ ਨਹੀਂ ਲੱਗਦਾ ਹੈਗਾ ਦਿਨ ਦਾ ਵੀ, ਜਮੀ ਵੀ ਧੁੱਪ ਵਾਲੀ ਤੇਜ਼ ਹੈ, ਇੱਥੇ ਤਾਂ ਊਂ ਸਾਵੇਂ ਬੈਠੀ ਹੈਗੀ ਮੈਂ, ਪਰ ਵਿਹੜੇ 'ਚ ਧੁੱਪ ਆ ਗਈ ਨਾ, ਅੱਖਾਂ ਵਿੱਚ ਦੇਣ ਧੁੱਪ ਕਨੀ ਦੇਖ ਕੇ, ਅਤੇ ਕੱਪੜੇ ਕੁੱਪੜੇ ਲਾ ਲੈਣੇ, ਇੱਧਰ ਘਿਓ ਵੀ ਆਪੂ ਕੜਸੀ ਡਿੱਗ ਪਈ ਘਿਓ 'ਚ, ਮੈਂ ਛੋਟੀ ਉਹ ਲਈ ਸੀ ਕੜਸੀ, ਉਹ ਵਿੱਚ ਡਿੱਗ ਪਈ, ਹੁਣ ਇੱਕ ਲਵੇੜਨੀ ਪਊਗੀ ਹੋਰ, ਤੁਹਾਨੂੰ ਦਿਖਾਉਣੇ ਕਿਵੇਂ ਨਹਾਉਂਦੀ ਆ ਕੜਸੀ ਵੀ, ਘਿਓ ਵਿੱਚ ਆ ਡਿੱਗ ਪਈ ਕੜਸੀ, ਹੁਣ ਚੱਕਾ ਆਏਗਾ ਮੈਂ ਕਿਵੇਂ, ਆਹ ਟੂਣੀ ਡੰਡੀ ਦੀ ਮਦਦ ਨਾਲ ਕੜਸੀ ਨਾਲ ਜਿਹੜਾ ਘਿਓ ਕੜਸੀਆਂ ਨਾਲ ਲੱਗਦੀ ਸੀ ਚਾਹੀ ਨਾਲ ਚੌਣਾ ਆ ਰਿਹਾ। ਖੇਤਾਂ ਵਾਲੇ ਬੱਚੇ ਆ ਗਏ, ਖੇਤਾਂ ਵਾਲੇ ਬੱਚੇ ਆ ਗਏ ਭਾਈ, ਆ ਜੀ ਖੇਤਾਂ ਵਾਲੇ ਬੱਚੇ ਆ ਗਏ, ਸਤਿ ਸ਼੍ਰੀ ਅਕਾਲ, ਹੋਰ ਠੀਕ ਹੋ, ਕੀ ਗੱਲ, ਸਤਿ ਸ਼੍ਰੀ ਅਕਾਲ, ਲੈ ਵਲੋਗ ਚ ਲਈਏ ਤੈਨੂੰ, ਹੈਂ ਅੱਜ ਸਕੂਲ ਨਹੀਂ ਗਏ, ਹੈਂ ਮੀਟਿੰਗ 'ਤੇ ਗਏ ਹੋਵੋਗੇ, ਹੈਂ ਅੱਛਾ, ਤਾਇਆ ਤਾਈ ਗਏ ਹੋਏ ਨੇ, ਚੱਲ ਵਧੀਆ, ਮੇਰਾ ਘਿਓ ਬਣ ਤਾਂ ਰਿਹਾ ਉੱਧਰ, ਘਿਓ ਖਾਣਾ, ਹਾਂ ਸਾਂ ਬਣਾਉਣੀ ਹੈ ਚਾਹ, ਮੈਂ ਚਾਹ ਬਣਾਉਣੀ ਹਾਂ, ਚਾਹ ਬਣਾ ਕੇ ਉਹਨਾਂ ਨੂੰ ਪਿਆਉਣੀ ਹੈ ਜੀ, ਮੈਂ ਸਰਦਾਰ ਜੀ ਆ ਜਾਣਗੇ, ਨੇ ਘਿਓ ਬਣਾ ਕੇ ਉਹਨਾਂ ਕੋਲ 10 ਮਿੰਟ ਗੱਲਾਂ ਮਾਰਦੇ ਨੇ, ਦਮ ਲੈ ਲਾਂਗੇ, ਫਿਰ ਆਪਣੇ ਕੰਮਾਂ ਦਾ ਟਾਈਮ ਹੋ ਜੂ, ਠੀਕ ਹੈ ਜੀ, ਫਿਰ ਮਿਲਦੇ ਹਾਂ, ਹਾਂ ਤੋਰੀ ਤੋੜ ਲਾ, ਲਓ ਜੀ ਆਪਾਂ ਖੇਤ ਆ ਗਏ ਆਪਣੇ, ਸਬਜ਼ੀ ਤੋੜਨਾ, ਕੱਚੀਆਂ ਕੱਚੀਆਂ ਤੋਰੀਆਂ ਆ ਕੇ ਤੋੜ ਲਾਂਗੇ, ਕੋਠੇ ਤੇ ਵੀ ਹੋਣਗੀਆਂ, ਪਹਿਲਾਂ ਭਿੰਡੀਆਂ ਤੋੜਦੇ ਨੇ, ਹਾਂ ਪਹਿਲਾਂ ਭਿੰਡੀਆਂ ਤੋੜ ਲੈ, ਖੇਤ ਸਬਜ਼ੀ ਤੋੜਨ ਆਏ ਹੋਗੇ, 15 ਦਿਨਾਂ ਬਾਅਦ ਆਇਆ, ਬੱਚੇ ਭਿੰਡੀਆਂ ਖਾਂਦੇ ਨੇ,
ਭਿੰਡੀਆਂ ਵੀ ਪੱਕੀਆਂ ਪਈਆਂ ਨੇ ਦੇਖੀ ਜਾਏ ਤੇ ਜੀਰੀ ਨੂੰ ਵੀ ਇੱਕ ਪਾਣੀ ਲੱਗੂ ਬਸ ਹੁਣ ਪੱਕੀ ਪਈ ਆ ਹਾਂ ਇੱਕ ਪਾਣੀ ਲਾਵਾਂਗੇ ਬਸ ਹੁਣ ਲਾਸਟ ਪੱਕੀ ਪਈ ਆ ਜੀ ਉਹੀ ਹਰੇ ਆਹ ਕਾ ਆਹ ਹੋਗਾ ਪੀਲੀ ਹੋਈ ਪਈ ਆ ਨਾ ਜੀ ਨਾ ਜੀ ਖੜਾ ਵਹਿ ਦੇ ਸੁੱਖ ਸਾਂਦ ਰੱਖੇ ਖੇਤਾਂ ਚ ਉਹ ਤਾਂ ਪਾਣੀ ਬੰਦ ਕਰਤਾ ਇਹਦਾ ਇਹਨੂੰ ਬਸ ਇੱਕ ਲਾਉਂਦਾ 1509 ਆ ਤਾਂ ਆ ਕਿਹੜੀ ਆ ਪੀਲੀਸਾ ਇਹ ਵੀ ਉਹਦੇ ਨਾਲ ਹੀ ਆ ਜੂ ਹਾਂ ਇਕੱਠੀ ਆ ਜਾਣੀ ਆ ਇਹਨੂੰ ਬਸ ਇੱਕ ਪਾਣੀ ਲਾਉਂਗਾ ਇਹ ਬਾਅਦ ਚ ਆਊਗਾ ਉਹ ਤਾਂ ਸੁਨਾਮ ਲੈ ਜਾਣੀ ਤੂੰ ਬਿੰਦਰ ਅੱਜ ਫੇਰ ਕਹੋ ਤੁਸੀਂ ਭਿੰਡੀਆਂ ਲੈ ਦੇਣਾ ਉਹਦੇ ਕਹਿੰਦੇ ਬਿੰਦਰ ਕਹਿੰਦਾ ਝੋਲਾ ਭਿੰਡੀਆਂ ਲੈ ਦੇ ਕਹਿੰਦਾ ਯਾਦ ਹੀ ਨੀ ਆਇਆ ਮੈਂ ਤਾਂ ਉਹ ਯਾਦ ਹੀ ਨਹੀਂ ਆਇਆ ਉਹਨੂੰ ਭਿੰਡੀਆਂ ਦੇ ਸਾਲੇ ਉਹ ਖਾ ਲਾਂਦੇ ਭਾਈ ਆ ਹੁਣ ਸੱਤ ਤੋੜੀਆਂ ਨਹੀਂ ਜਾਂਦੀਆਂ ਹੁਣ ਦੋ ਚਾਰ ਦਿਨਾਂ ਨੂੰ ਫੇਲ ਦੇ ਜੂਗਾ ਮੈਂ ਤਾਂ ਯਾਦ ਹੀ ਨਹੀਂ ਆਇਆ ਮੇਰੇ ਨਾਲ ਆਇਆ ਸੀ ਅੱਜ ਉਹ ਹੋਰ ਹੁਣ ਸਲਵਾਰ ਭਿੰਡੀਆਂ ਤੜਾਦਾ ਉਹਨੂੰ ਸਲਵਾਰ ਟੰਗ ਕੇ ਵਿੱਚ ਵੜਨਾ ਤੂੰ ਖਾ ਦੇ ਆ ਮਹਾਰਾਜ ਬਾਬਾ ਜੋਗੀ ਪੀਰ ਬਾਬਾ ਸਿੱਧ ਪਹਿਲੀ ਪੱਕੀ ਨਿਕਲੇ ਮੈਂ ਬਾਲੀਆਂ ਮੇਰੇ ਵੱਡੇ ਨੇ ਸਾਰੀ ਨਹੀਂ ਪੱਕੀਆਂ ਹੋਣੀਆਂ ਅੱਜ ਤਾਂ ਨਾ ਆ ਤਾਂ ਕੱਚੀਆਂ ਨੇ ਦਿਨ ਵਾਲੇ ਹੋ ਗਏ ਨਾ ਆਪਾਂ ਐ ਨਹੀਂ ਤੋੜਦੇ ਵੀ ਉਹ ਤੋੜ ਲਿਆਉਣਗੇ ਬਸ ਘੌਲੀ ਨੇ ਘੌਲੀ ਕਨੂੰ ਹੀ ਨਹੀਂ ਆਇਆ ਕਿ ਹੁਣ ਤਾਂ ਕੰਮ ਚ ਕੰਮ ਹੀ ਵਾਲਾ ਹੋਇਆ ਪਿਆ ਹੁਣ ਤਾਂ ਹੁਣ ਇੱਧਰ ਲੰਘ ਜਾ ਇੱਧਰ ਲੰਘ ਜਾ ਤਿਲਕਣ ਕਿੰਨੀ ਆ ਮਿੱਟੀ ਤਿਲਕਣੀ ਹੈ ਨਾ ਜੇ ਮੈਂ ਬੱਟੇ ਖੜ ਕੇ ਤੋੜਦੀ ਆ ਹੁਣ ਭੈਣਾਂ ਦੇ ਕਮੈਂਟ ਆਉਣਗੇ ਦੀਦੀ ਤੁਸੀਂ ਬੱਟੇ ਖੜ ਕੇ ਤੋੜ ਲਾਂਦੇ ਬੱਟੇ ਖੜ ਕੇ ਇੱਧਰੋਂ ਜੀਰੀ ਦੀ ਕੰਡ ਹੈ ਇੱਧਰੋਂ ਭਰਿੰਡੀ ਦੀ ਕੰਡ ਹੈ ਅਤੇ ਪਹਿਲੀ ਦੱਸ ਦੇਣੀ ਤੁਹਾਨੂੰ ਫਿਰ ਕੱਪੜੇ ਕੰਡ ਨਾਲ ਭਿੱਜ ਜਾਣਗੇ ਲਿਬੜ ਜਾਣਗੇ ਫਿਰ ਘਰੇ ਜਾ ਕੇ ਆਪਾਂ ਮੱਝਾਂ ਵੀ ਸਾਂਭਣੀਆਂ ਨੇ ਫਿਰ ਹੈ ਨਾ ਹੋਰ ਮੈਂ ਛੱਡਣਾ ਸੀ ਹੁਣ ਤਾਂ ਪਹਿਲਾਂ ਹੀ ਵਧੀਆ ਪਈਆਂ ਨੇ ਨਾ ਹੁਣ ਤਾਂ ਅੱਧੀਆਂ ਤਾਂ ਲੱਕੜੀ ਕਰ ਗਈ ਪੱਕੀਆਂ ਤਿਲਕਣਾ ਤੁਰਿਆ ਨਹੀਂ ਜਾਂਦਾ ਖਾਸ ਚ ਪਾਣੀ ਹਰ ਵਾਰ ਖੜਾ ਰਹਿੰਦਾ ਜਾਂ ਵਿੱਚ ਪੈਰ ਗੜੋ ਕੇ ਨਾ ਫੇਰ ਤੁਰਦੀਆਂ ਗਾਂ ਵਾਲੇ ਵਾਲੇ ਵੱਡੀਆਂ ਨੇ ਗਾਂ ਦਾ ਦੇਸਾਂ ਨਹੀਂ ਆਏ ਇਹ ਨਾ ਸੁੱਚੇ ਮੋਤੀ ਕੱਢ ਲਾਂਗੇ ਵਿੱਚੋਂ ਸੁੱਚੇ ਮੋਤੀਆਂ ਦੀ ਸਬਜ਼ੀ ਬਣਾ ਲਾਂਗੇ ਅਤੇ ਜਿਹੜੇ ਭਰਿੰਡੀਆਂ ਦੀ ਦਾਣੇ ਵਾਲੀਆਂ ਭਰਿੰਡੀਆਂ ਨੇ ਨਾ ਉਹਨਾਂ ਦੀ ਬਹੁਤ ਸੋਹਣੀ ਸਬਜ਼ੀ ਬਣਦੀ ਹੈ ਤਰੀ ਵਾਲੀ ਜੇ ਭੈਣਾਂ ਨੇ ਰੈਸਪੀ ਲੈਣੀ ਹੈ ਤਾਂ ਕਮੈਂਟ ਕਰ ਦੇਣ ਫਿਰ ਆਪਾਂ ਸੁੱਚੇ ਮੋਤੀ ਨੇ ਬਣਾਉਣਾ ਸੱਪ ਦੀ ਖੱਡ ਆ ਸੱਪ ਦੀ ਖੱਡ ਹੁੰਦੀ ਆ ਪਹਿਲਾਂ ਹੋਰ ਚੂਹੇ ਦੀ ਖੱਡ ਹੁੰਦੀ ਆ ਸੱਪ ਤਾਂ ਜ਼ਬਰਦਸਤੀ ਵੜਦਾ ਹੁੰਦਾ ਹੈ ਆਹੋ ਸੱਪ ਵੀ ਵੜ ਜਾਣਾ ਖੱਡ ਚ ਚੂਹੇ ਵਾਲੀ ਚ ਆ ਖੱਡ ਤਾਂ ਚੂਹੇ ਦੀ ਹੁੰਦੀ ਹੈ ਉਹਨਾਂ ਕਿਤੇ ਡੰਗ ਕੇ ਧਰ ਦੇ ਹੈ ਵੀ ਵਾਲੇ ਨੇ ਕੱਲ ਭਾਜਣ ਕੇ ਕਰੇ ਨਹੀਂ ਹਰਕੀਤ ਕਹਿੰਦੀ ਸਾਡੇ ਤਾਂ ਸੱਪ ਵੜ ਗਿਆ ਨਹੀਂ ਸੱਪ ਵੜ ਗਿਆ ਹਰਕੀਤ ਸਾਡੇ ਤਾਂ ਪਿੰਡ ਚ ਇਕੱਠੀ ਕਰਕੇ ਲੈ ਨੇ ਤੇ ਨਾ ਖੇਤ ਸਪਰੇ ਨਹੀਂ ਹੁੰਦੀ ਹਨਾ ਕਿੰਨਾ ਫਲ ਲੱਗਦਾ ਭਿੰਡੀਆਂ ਨੂੰ ਬੀ ਵਧੀਆ ਹੈ ਜਿਹੜਾ ਆਪਾਂ ਛੋਟਾ ਪਿੱਤੋ ਲਿਆਂਦੇ ਸੀ ਉਹ ਹੈ ਚਲੋ ਜੇ ਆਪਾਂ ਸਬਜ਼ੀ ਤੋੜ ਲਈਏ ਫਿਰ ਮਿਲਦੇ ਹਾਂ ਲੈ ਕੀ ਕਰਦੀਆਂ ਹੁਣ ਪੈਰ ਨਿਪੜ ਗਈ ਮੇਰੇ ਤਾਂ ਆਪ ਖਾ ਗਈ ਅਨਹੱਤਾ ਹੋ ਗਿਆ ਮੈਂ
ਕੈਸੀਆਂ ਭਰਿੰਡੀਆਂ ਨੇ ਮਾਂ ਹੈ ਕੈਸੀਆਂ ਭਰਿੰਡੀਆਂ ਨੇ ਵਧੀਆ ਨਹੀਂ ਤਾਂ ਭਰਿੰਡੀ ਨੇ ਪਿਆ ਡੰਗਾ ਵਰਗੀ ਚਲਦੀ ਆ ਬੁੱਟੇ ਬਸ ਹਾਂਜੀ ਲਓ ਜੀ ਮੇਰੀ ਨੂੰ ਭਰਿੰਡੀਆਂ ਖਾਣੇ ਹੈ ਭਰਿੰਡੀਆਂ ਦਹੀਂ ਪਾ ਕੇ ਬਣਦੀ ਨਹੀਂ ਮੈਂ ਬਣਾਈ ਸੀ ਪਰ ਉਹ ਆਪਣੀ ਬੇਬੇ ਬਣਾਉਂਦੀ ਹੁੰਦੀ ਉਹ ਤਾਂ ਪੁੱਛਾਂ ਕਿਵੇਂ ਬਣਾਉਂਦੀ ਹੈ ਮੈਂ ਬਣਾਈ ਤਾਂ ਹੀ ਪਰ ਦਲਵਾਰੇ ਕੀ ਬੇਬੇ ਉਹ ਮੈਂ ਬਣਾ ਦੂੰ ਨਹੀਂ ਮਰਦੀ ਉਹ ਬਣਾ ਦੀ ਬਣਾ ਦੀ ਮੈਂ ਦਾਣੇ ਕੱਢ ਕੇ ਦੇ ਦਾਂਗੇ ਕਿ ਦਾਣੇ ਵੀ ਅੱਖੀ ਕੱਢੂ ਆ ਬਣਾਉਣੀ ਆਉਂਦੀ ਸੀ ਨਾ ਫੇਰ ਮੈਂ ਤੇ ਸਿੱਖਿਆ ਕਰੋ ਮੈਂ ਤਾਂ ਕੁਝ ਨਹੀਂ ਬਣਾਉਣਾ ਉਹਦਾ ਟਾਈਮ ਪਾਸ ਹੀ ਕਰਿਆ ਠੀਕ 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 ਪਾਸ ਟਾਈਮ ਆ ਵਿੱਚ ਤੋਰੀਆਂ ਕਿਵੇਂ ਕਿਵੇਂ ਬਣੀਆਂ ਨੇ ਜਿਹੜੇ ਕਾਰਡੀਆਂ ਕੱਢਦੇ ਚੁਗਤੀਆਂ ਆਪਾਂ ਨੇ ਇਹਦੀ ਬਣਾਵਾਂਗੇ ਆਪਾਂ ਸਬਜ਼ੀ ਇਸ ਤਰ੍ਹਾਂ ਆ ਦਾਣੇ ਕੱਢ ਕੇ ਤੋਰੀਆਂ ਤੇ ਲਫਾਫੇ ਚ ਪਾ ਦੇਣੀਆਂ ਬੀਬੀ ਹੈਨਾ ਬੂਝੇ ਜਾਣਗੇ ਕੱਲ ਨੂੰ ਕਰ ਲਾਂਗੇ ਤੋਰ ਨੂੰ ਬੀਬੀ ਤੋਂ ਟੁੱਟਦੀਆਂ ਐਡੀ ਹੋ ਗਈ ਭਿੰਡੀ ਤੋੜਨੀ ਮਾਤਾ ਬਾਰੇ ਪਾਣੀ ਕਿਤੇ ਬੜੀ ਹੈ ਲਓ ਜੀ ਆਪਾਂ ਖੇਤ ਜਾਇਆ ਏ ਸਬਜ਼ੀ ਹੈ ਨਾ ਅੱਡੋ ਅੱਡ ਕੱਢ ਕੇ ਸਾਂਭ ਦਿੱਤੀ ਅੱਜ ਬਣਾਇਆ ਆਪਾਂ ਨੇ ਕੀ ਆ ਕੱਦੂ ਬੀਬੀ ਨੇ ਆਉਂਦੀ ਨੂੰ ਸਬਜ਼ੀ ਬਣਾਉਣ ਲੱਗ ਗਈ ਸੀਗੀ ਕੱਟ ਕੇ ਉਹਨੂੰ ਐਂ ਹੋ ਸੀਗਾ ਵੀ ਆ ਕੇ ਮੱਝਾਂ ਮੁੱਝਾਂ ਬੰਨੂੰਗੀ ਚਲੋ ਵਧੀਆ ਕੀਤਾ ਹੈ ਨਾ ਸਬਜ਼ੀ ਬਣਾ ਦਿੱਤੀ ਹੈ ਜਿਹੜਾ ਟਾਈਮ ਹੁਣ 4 ਵੱਜ ਗਏ ਸੀ 3:45 ਗਏ ਸੀ ਖੇਤ ਆ ਕੇ 3:30 ਵਜੇ ਆਏ ਹਾਂ ਆ ਕੇ ਬਸ ਹੁਣ ਮੱਝਾਂ ਬੰਨ ਕੇ ਦਾਣਾ ਦੂਣਾ ਉਹਨਾਂ ਨੂੰ ਪਾ ਕੇ ਹੈ ਨਾ ਫਿਰ ਆਈਆਂ ਗੀ ਅਤੇ ਬਸ ਹੁਣ ਪਾਣੀ ਦਾ ਕੈਂਪਰ ਭਰਦੀਆਂ ਦੁੱਧ ਬਾਅਦ ਵਾਲੇ ਭਾਂਡੇ ਵਿਹਲੇ ਕਰਦੀਆਂ ਜਦੋਂ ਘਿਓ ਬਣਾਉਣ ਲੱਗ ਜਾਣਾ ਜਿੱਦਾਂ ਉਸ ਦਿਨ ਸਾਰਾ ਦਿਨ ਇਸ ਤਰ੍ਹਾਂ ਹੀ ਜਾਂਦਾ ਗਾ ਕਿਉਂ ਘਿਓ ਬਣਾਉਣ 'ਤੇ ਖਾਸਾ ਟਾਈਮ ਲੱਗ ਜਾਂਦਾ ਗਾ ਤੂੰ ਅੱਤ ਜਮ ਸਮਝ ਲੋਟ ਆ ਗਿਆ ਸੀ ਜਲਦੀ ਕੰਮ ਵੈਸੇ ਪਤਾ ਨਹੀਂ ਕੀ ਗੱਲ ਦਿਨ ਛੋਟੇ ਕਰਕੇ ਨਾ ਕੰਮ ਕਿਸੇ ਵੇਲੇ ਨਹੀਂ ਨਿਬੜਦੇ ਹੈਗੇ ਇੱਕ ਸੁੱਖ ਨਾਲ ਪਸ਼ੂ ਕਈ ਹੋ ਗਏ ਹੈ ਨਾ ਕਿਸੇ ਨੂੰ ਕੁਛ ਧਰ ਲਾ ਕਿਸੇ ਨੂੰ ਕੁਛ ਧਰ ਲਾ ਇੱਕ ਸਾਡੀ ਮੱਝ ਬਿਮਾਰ ਹੋਈ ਪਈ ਹੋਈ ਸਮਾਰ ਕੇ ਠੀਕ ਨਹੀਂ ਹੈਗੀ ਕੱਖ ਤਾਂ ਖਾ ਲੈਂਦੀ ਪਰ ਦਾਣਾ ਦੂਣਾ ਜਿਹਾ ਨਹੀਂ ਖਾਂਦੀ ਪਤਾ ਨਹੀਂ ਕੀ ਗੱਲ ਹੋ ਗਈ ਤਾਂ ਇਸ ਕਰਕੇ ਸਾਨੂੰ ਬਸ ਐਂ ਜੇ ਬਿੰਦੇ ਬਿੰਦੇ ਗੇੜੇ ਜਾਂ ਉਦੋਂ ਤੋਂ ਉਹਦੀ ਮਾਰੀ ਜਾਂਦੀ ਹੈਗੀ ਹਜੇ ਉਹਦੀ ਮੱਝ ਦੀ ਦਵਾਈ ਲਿਖੀ ਪਈ ਹੈ ਸਰਦਾਰ ਜੀਆਂ ਨੇ ਉਹ ਲਿਆਉਣੀ ਹੈਗੀ ਟਾਈਮ ਨਹੀਂ ਲੱਗਿਆ ਹੈਗਾ ਬਸ ਸਵੇਰ ਦੇ ਸਪਰੇਅ ਸਪਰੂ ਕਰਦੇ ਸੀਗੇ ਇਸ ਕਰਕੇ
ਉਹਨਾਂ ਨੂੰ ਟਾਈਮ ਨਹੀਂ ਲੱਗਿਆ, ਫਿਰ ਦੁਪਹਿਰੇ ਆ ਕੇ ਦਮ ਲਿੱਤਾ ਨਹਾ ਕੇ, ਅਤੇ ਹੁਣ ਫਿਰ ਮੈਨੂੰ ਕਹਿੰਦੇ ਚਲੋ ਮੇਰੇ ਨਾਲ ਸਬਜ਼ੀ ਤੜਾ ਲਿਓ, ਕਹਿੰਦੇ ਮੈਂ ਤਾਂ ਆਪ ਹੰਬਿਆ ਪਿਆ ਵੀ ਉਹ ਖਾਲਾ ਖਾਲਾਂ ਖੂਲਾਂ 'ਚ ਪਾਣੀ ਜਿਹਾ ਖੜਾ ਗਾ, ਫਿਰ ਇੱਕ ਜਣੇ ਝੋਲਾ ਫੜਨਾ ਪੈਂਦਾ ਹੈ ਨਾ, ਅਤੇ ਮੈਂ ਤਾਂ ਫਿਰ ਖਾਲ ਦੇ ਵਿੱਚ ਫੜ ਕੇ ਤੋੜ ਲਈ, ਦੇਖੀ ਜਾਊ ਉਹਨਾਂ ਨੂੰ ਕਿਹਾ ਚਲੋ ਹੁਣ ਮੱਝਾਂ ਸਾਂਭ ਕੇ ਨਹਾ ਕੇ ਕੱਪੜੇ ਕੁੱਪੜੇ ਬਦਲ ਲਵਾਂਗੇ, ਫਿਰ ਅਸੀਂ ਆਥਣੇ ਸੈਰ ਕਰਨ ਜਾਂਦੇ ਹੁੰਦੇ, ਅਸੀਂ ਕੁਛ ਅਸੀਂ ਸੁਨੇਹਾ ਭੱਜ ਦੌੜ ਕੇ ਕੰਮ ਐਂ ਕਰ ਲੈਣੇ, ਫਿਰ ਅਸੀਂ 6 ਵਜੇ ਸੈਰ ਕਰਨ ਜਾਂਦੇ ਹਾਂ, 6 ਵਜੇ ਜਾ ਕੇ 7:45 ਵਾਂਗੂ ਆ ਜਾਂਦੇ ਹਾਂ, ਆ ਕੇ ਬਸ ਨਹਾ ਕੇ ਪੈ ਜਾਂਦੇ, ਰੋਟੀ ਖਾ ਕੇ ਜਾਂਦੇ ਹੁੰਦੇ, 6 ਵਜੇ ਰੋਟੀ ਖਾ ਕੇ ਮੱਝਾਂ ਸਾਰਾ ਨਿਮੇੜ ਕੇ ਕੱਖ ਕੰਡੇ ਦਾ ਧਾਰਾਂ ਦਾ ਹੈ ਨਾ, ਬਾਕੀ ਰੋਟੀ ਵਾਲੇ ਭਾਂਡੇ ਵੀ ਜਿਹੜੇ ਰਹਿ ਜਾਂਦੇ ਨੇ, ਫਿਰ ਬੜਾ ਹਨੇਰਾ ਹੋ ਜਾਂਦਾ ਗਾ, ਅਤੇ ਜਿਹੜੇ ਨਹੀਂ ਭਾਂਡੇ ਮਾਂਜ ਲੈਣੇ ਆ ਕੇ, ਅਤੇ ਰੋਟੀ ਖਾ ਕੇ ਭਾਂਡੇ ਇਕੱਠੇ ਕਰ ਜਾਣੇ, ਜਿੰਨੇ ਕੁ ਮਾਂਜੇ ਜਾਂਦੇ ਨੇ ਮਾਂਜ ਲੈਣੇ ਆ, ਜਿਹੜੇ ਜਦੋਂ ਵਿਹਲੇ ਹੁਣ ਨਾਲ ਹੁੰਦੇ ਮਾਂਜੇ ਜਾਂਦੇ ਨੇ ਉਹ ਮਾਂਜ ਲੈਣੇ ਆ, ਬਾਕੀ ਨਹੀਂ ਫਿਰ ਆ ਕੇ ਮਾਂਜ ਲੈਣੇ ਆ, ਸੈਰ ਕਰਨ ਜਾਂਦੇ ਹੁੰਦੇ ਹੈਗੇ। ਬਾਕੀ ਹੈ ਨਾ ਭੈਣ ਨੇ ਇੱਕ ਨੇ 2-3 ਵਾਰੀ ਕਮੈਂਟ ਕੀਤਾ, ਭੈਣਾਂ ਕਈ ਭੈਣਾਂ ਕਰਦੀਆਂ ਨੇ ਕਮੈਂਟ ਵੀ ਤੁਸੀਂ ਜਵੈਣ ਅਤੇ ਜੀਰਾ ਸੌਂਫ ਉਹ ਰਗੜੀ ਦਾ ਰਿਜ਼ਲਟ ਨਹੀਂ ਦੱਸਿਆ, ਹਜੇ ਰਿਜ਼ਲਟ ਮੇਰਾ ਠੀਕ ਨਹੀਂ ਹੋਇਆ, ਅਤੇ ਉਹ ਨਾ ਮੈਂ ਮੋਟਾਪੇ ਲਈ ਕਰਿਆ ਸੀਗਾ, ਅਤੇ 15 ਦਿਨ ਹੋ ਗਏ ਮੇਰਾ ਖਿਆਲ ਹੈ ਉਹ ਰਗੜੇ ਨੂੰ, ਅਤੇ ਮੈਂ ਤਾਂ ਖਾਣਾ ਹੀ ਭੁੱਲ ਜਾਣੀ ਹਾਂ ਉਹਨੂੰ, ਇੱਕ ਟਾਈਮ ਖਾਣੀ ਆ 2 ਟਾਈਮ ਖਾਣਾ ਹੁੰਦਾ ਹੈਗਾ, ਅਤੇ ਮੇਰਾ ਆਵਾਜ਼ ਨੇ ਵੈਸੇ ਵੀ ਤੁਹਾਨੂੰ ਮੈਨੂੰ ਸੈਰ ਕਰਨ ਲੱਗ ਗਈ, ਪਤਾ ਨਹੀਂ ਕਿ ਮੈਂ 1.5 ਕਿਲੋ 1.25 ਕਿਲੋ ਵਾਂਗੂ ਘੱਟ ਗਿਆ ਹੈਗਾ, ਅਤੇ ਉਹ ਹਜੇ ਮੈਂ ਖਾਈ ਜਾਂਦੀ ਹੈਗੀ, ਜਿੰਨਾ ਚਿਰ ਖਾਣਾ ਹੈਗਾ ਹੈ ਨਾ ਉਹਨਾਂ ਚਿਰ ਮੈਂ ਤੁਹਾਨੂੰ ਦੱਸਦੀ ਨਹੀਂ ਹੈਗੀ, ਜੇ ਵੀ ਮੇਰਾ ਸਹੀ ਵਜ਼ਨ ਹੋਊਗਾ ਤਾਂ ਮੈਂ ਤੁਹਾਨੂੰ ਦੱਸੂੰਗੀ, ਅਤੇ ਭੈਣ ਨੂੰ ਐਂ ਹੋ ਗਿਆ ਪਤਾ ਨਹੀਂ ਕਾਹਤੋਂ ਨਹੀਂ ਦੱਸਦੀ ਹੈ, ਭੈਣਾਂ ਕਈ ਭੈਣਾਂ ਨੇ ਕਮੈਂਟ ਕੀਤਾ, ਇੱਕ ਨੇ ਨਹੀਂ ਵੀ ਦੱਸਦੀ ਕਾਹਤੋਂ ਨਹੀਂ ਭੈਣ ਵੀ ਜਵੈਣ ਕਾਹਦੇ ਵਾਸਤੇ, ਮੈਂ ਉਦਿਆਂ ਵੀਡੀਓ 'ਚ ਕਹਿ ਦਿੱਤਾ ਫਿਰ ਰਿਜ਼ਲਟ ਤੁਹਾਨੂੰ ਫਿਰ ਦੱਸੂ ਜਦੋਂ ਆ ਗਿਆ ਇਹਦਾ ਵਰਤ ਲਈਏ, ਪਰ ਹਜੇ ਮੈਨੂੰ ਕੋਈ ਪਤਾ ਜਾਣ ਲੱਗਦਾ ਹੈਗਾ, ਅਤੇ ਮੈਂ ਖਾਂਦੀ ਹੈਗੀ ਇੱਕ ਟਾਈਮ ਖਾਂਦੀ ਹੈਗੀ, ਅਤੇ ਖਾਣ 'ਚ ਔਖਾ ਜਿਹਾ ਲੱਗਦਾ ਥੋੜ੍ਹਾ ਜਿਹਾ ਖਾਣਾ ਹੁਣ, ਅਤੇ ਕੋਈ ਜਵੈਣ ਜੀਰਾ ਕੋਈ ਗਲਤ ਨਹੀਂ, ਜੇ ਰਿਜ਼ਲਟ ਸਹੀ ਨਹੀਂ ਆਊਗਾ ਤਾਂ ਨੁਕਸਾਨ ਵੀ ਨਹੀਂ ਕਰਨਾ, ਕਿਉਂਕਿ ਖੂਨ ਖਾਣ ਪਤਲੇ ਨੂੰ ਚੰਗਾ ਗਾ, ਅਤੇ ਆਹ ਵੀ ਨਹੀਂ ਐਂ ਅਕੜੇਵਾਂ ਜਿਹਾ ਨਹੀਂ ਆਉਂਦਾ ਉਹਦੇ ਨਾਲ ਜਵੈਣ ਨਾਲ, ਅਤੇ ਦੇਖੋ ਜਦੋਂ ਤਾਂ ਹੀ ਤਾਂ ਆਪਾਂ ਨੂੰ ਡਾਕਟਰ ਦੱਸਦੇ ਹੁੰਦੇ ਨੇ ਵੀ ਮੱਝ ਨੂੰ ਹੁਣ ਗਰਮ ਸਰਦ ਪਤਾ ਨਹੀਂ ਕਿਵੇਂ ਨਮੂਨੀਆ ਜਿਹਾ ਹੋ ਜਾਂਦਾ ਜਦੋਂ ਸੌਂਫ ਅਤੇ ਨੂਣ ਭੁੱਕ ਕੇ, ਜੇ ਵੀ ਡਾਕਟਰ ਦੱਸਦੇ ਹੁੰਦੇ ਨੇ, ਜੇ ਜਵੈਣ ਫਾਇਦਾ ਨਹੀਂ ਕਰਦੀ ਤਾਂ ਨੁਕਸਾਨ ਵੀ ਨਹੀਂ ਕਰਦੀ, ਅਤੇ ਕੋਈ ਨਾ ਕੋਈ ਤਾਂ ਫਾਇਦਾ ਕਰਦੀ ਹੋਈ ਹੈ, ਕੋਈ ਨੁਕਸਾਨ ਨਹੀਂ ਹੈਗਾ ਜਵੈਣ ਦਾ, ਪਰ ਮੈਂ ਹਜੇ ਤੁਹਾਨੂੰ ਦੱਸ ਨਹੀਂ ਸਕਦੀ ਵੀ ਕਿਵੇਂ ਜੇ ਕੁਛ ਹੈਗਾ, ਹਜੇ ਮੈਨੂੰ ਖਾ ਲੈਣ ਦਿਓ ਜਿੰਨਾ ਨਾਪਿਆ ਸੀਗਾ, ਅਤੇ ਅੱਧਾ ਪਿਆ ਹਜੇ। ਚਲੋ ਬੇਬੇ ਆ ਗਏ, ਆਪਾਂ ਬਾਅਦ 'ਚ ਗੱਲ ਕਰਦੇ ਹਾਂ, ਉਹ ਬੇਬੇ ਆਉਂਦੀ ਹੈਗੀ। ਰੋਟੀ ਪਾਣੀ ਬਣਾ ਲਿਆ, ਸੱਕ ਲਿਆ, ਅਤੇ ਜੋ ਧੂਪ ਕਰ ਦਿੱਤੀ ਹੈ, ਅਤੇ ਹੁਣ ਆਪਾਂ ਰੋਟੀ ਵਾਲੇ ਭਾਂਡੇ ਮੰਜ ਕੇ ਸੈਰ ਕਰਨ ਜਾਵਾਂਗੇ, ਫਿਰ ਤਦ ਕਿ ਕਿਲੋਮੀਟਰ ਤੱਕ ਤੁਰ ਕੇ ਆਉਣੇ ਹੁੰਦੇ ਆ, ਅਤੇ ਮਿਲਾਂਗੇ ਆਪਾਂ ਕੱਲ੍ਹ ਨੂੰ ਕਿਸੇ ਨਵੇਂ ਬਲੌਗ ਨਾਲ। ਜੇਕਰ ਚੈਨਲ 'ਤੇ ਪਹਿਲੀ ਵਾਰ ਹੋ ਤਾਂ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ। ਅੱਜ ਦੀ ਵੀਡੀਓ 'ਚ ਇੰਨਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।